ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਗੁਰਦੇਵ ਸਿੰਘ ਦੇਵਮਾਨ, MLA ਨਾਭਾ। ਇਸ ਵਕਤ ਮੈਂ ਮੈਸਗੇਟ ਤੋਂ ਲਾਈਵ ਹਾਂ ਜੀ। ਇਹ ਜਿਹੜੀਆਂ ਤੁਸੀਂ ਤਸਵੀਰਾਂ ਸਾਹਮਣੇ ਦੇਖ ਰਹੇ ਹੋ ਵੀਡੀਓ, ਇਹ ਮੈਸਗੇਟ ਨਾਲੇ ਦੀ ਸਫਾਈ ਹੋ ਰਹੀ ਹੈ ਜੀ। ਔਰ ਇਹ ਤੁਸੀਂ ਦੇਖ ਲਓ ਜੀ, ਬੋਤਲਾਂ, ਸ਼ਰਾਬ ਦੀਆਂ ਬੋਤਲਾਂ, ਦੂਜੀਆਂ ਪਲਾਸਟਿਕ ਦੀਆਂ ਬੋਤਲਾਂ ਜੀ, ਸਭ ਸੁੱਟੀਆਂ ਨੇ ਇਹਦੇ ਵਿੱਚ ਜੀ। ਔਰ ਤੁਸੀਂ ਦੇਖੋ ਕਿ ਕਿੰਨਾ ਲਿਫਾਫੇ, ਦੇਖੋ ਕਿੰਨੇ ਨਿਕਲ ਰਹੇ ਜੀ। ਇਹ ਮੈਸਗੇਟ ਆ ਵੀਰੋ ਨਾਭਾ, ਸਫਾਈ ਚੱਲ ਰਹੀ ਆ। ਦੇਖੋ ਬੱਚੇ ਲੱਗੇ ਹੋਏ ਨੇ ਕਰਨ, ਸਫਾਈ ਕਰਨ। ਔਰ ਇੰਨੀ ਮਤਲਬ ਹੱਦ ਹੋ ਗਈ ਜੀ, ਆਪਾਂ ਐਡਾ ਗੈਰ ਜ਼ਿੰਮੇਵਾਰਾਨਾ ਆਪਾਂ ਇਹ ਕੰਮ ਕਰਦੇ ਹਾਂ ਜੀ। ਆਹ ਦੇਖੋ, ਔਰ ਫਿਰ ਪਾਣੀ ਖੜਦਾ, ਫਿਰ ਆਪਾਂ ਕਹਿੰਦੇ ਜੀ ਸ਼ਹਿਰ 'ਚੋਂ ਪਾਣੀ ਨਿਕਲਦਾ ਜੀ। ਇਹਦੇ ਲਈ ਜ਼ਿੰਮੇਵਾਰ ਆਪਾਂ ਖੁਦ ਹਾਂ ਜੀ। ਆਹ ਦੇਖੋ, ਆਹ ਦੇਖੋ ਕਿੰਨੇ ਲਿਫਾਫੇ, ਔਰ ਆਹ ਦੇਖੋ ਕਿੰਨੀਆਂ ਬੋਤਲਾਂ ਜੀ। ਆਹ ਦੇਖੋ ਢੇਰਾਂ ਦੇ ਢੇਰ ਨਿਕਲ ਰਹੇ ਨੇ। ਕਿਤੇ ਨਾ ਕਿਤੇ ਇਹ ਆਪਣਾ ਫੋਲਟ ਹੈ ਜੀ, ਬਹੁਤ ਵੱਡਾ। ਸ਼ਰਾਬ ਦੀਆਂ, ਕੋਕ, ਠੰਡਾ ਸਭ ਇਹਦੇ ਵਿੱਚ ਜੀ। ਹੁਣ ਆਪਾਂ ਨਾਲਿਆਂ ਨੂੰ ਭੱਡਾ ਉਹ ਬਣਾਇਆ ਪਿਆ ਜੀ, ਗਾਰਬੇਜ ਇਹਦੇ ਵਿੱਚ ਕੂੜਾ ਸੱਟਣ ਨੂੰ। ਆਹ ਦੇਖੋ, ਆਹ ਦੇਖੋ ਕਿੰਨਾ ਡੂੰਘਾ ਜੀ। ਔਰ ਇੱਥੇ ਨਾ ਕੁਛ ਮੱਝਾਂ ਵੀ ਰੱਖੀਆਂ ਹੋਈਆਂ ਨੇ ਜੀ, ਮੱਝਾਂ ਰੱਖੀਆਂ ਹੋਈਆਂ ਨੇ। ਉਹਦਾ ਗੋਹਾ ਸਾਰੇ ਦੇ ਵੀ ਸੁੱਟਦੇ ਨੇ ਜੀ, ਗੋਹਾ ਜਿਸ ਲੱਗੇ ਸੀਮੈਂਟ, ਉਹਦਾ ਜਿੱਥੇ ਜੰਮ ਗਿਆ ਉਖੜਦਾ ਹੀ ਨਹੀਂ ਜੀ, ਉਹ ਵੀ ਵਿੱਚ ਇਹਦੇ ਸੁੱਟਦੇ ਨੇ ਸਾਰਾ। ਮਤਲਬ ਆਪਾਂ ਇੰਨਾ ਲੱਖਾਂ ਰੁਪਇਆ ਖਰਚ ਕਰਕੇ ਕੰਮ ਕਰਦੇ ਹਾਂ, ਔਰ ਆਪਣੀਆਂ ਕੁਛ ਗਲਤੀਆਂ ਕਰਕੇ ਸ਼ਹਿਰ ਜਿਹੜਾ ਜੀ ਬਰਬਾਦ, ਪੂਰੀਆਂ ਦੁਕਾਨਾਂ, ਮਕਾਨ। ਲੰਮਾ ਸਮਾਂ ਸੰਘਰਸ਼ ਕੀਤਾ, ਹੁਣ ਮੌਕਾ ਮਿਲਿਆ, ਅਸੀਂ ਇਹਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਪ੍ਰੋਪਰ ਤਰੀਕੇ ਨਾਲ ਸਾਫ਼ ਕੀਤਾ ਜਾਵੇ ਪਹਿਲਾਂ ਤਾਂ। ਫਿਰ ਸੀਵਰੇਜ ਦੀ ਵੀ ਪ੍ਰਪੋਜ਼ਲ ਉੱਪਰ ਚਲੀ ਗਈ ਹੈ, ਪਰਮਾਤਮਾ ਕਿਰਪਾ ਕਰੇ ਜਲਦੀ ਪਾਸ ਹੋ ਕੇ ਆਜੂਗੀ ਜੀ, ਸੀਵਰੇਜ ਪਊਗਾ ਨਾਭੇ ਦੇ ਵਿੱਚ। ਇਹ ਇਹ ਕਿਤੇ ਨਾ ਕਿਤੇ ਨਾ ਜੀ, ਇਹ ਦੇਖੋ ਹੁਣ ਇਹਦੀ ਸਫਾਈ ਚੱਲ ਰਹੀ ਆ, ਪਿੱਛੇ ਤੱਕ ਇਹ ਸਫਾਈ ਚੱਲ ਰਹੀ ਹੈ। ਔਰ ਇਹ ਸਫਾਈ ਜਿਹੜੀ ਆ, ਇੱਥੇ ਬਹੁਤ ਟੈਂਡਰ ਲੱਗਦੇ ਸੀ ਜੀ, ਆ ਜਿੰਨੇ ਦਿਨ ਬਿਜਲੀ ਸਮਕਾਰੀ ਚੱਲ ਰਹੀ ਆ ਨਾ ਜੀ, ਇਹ ਟੈਂਡਰ ਲਾਉਂਦੇ ਸੀ ਕਾਗਜ਼ਾਂ 'ਚ, ਕਾਗਜ਼ਾਂ 'ਚ ਟੈਂਡਰ ਲਾ ਕੇ ਕਾਗਜ਼ਾਂ 'ਚ ਪੇਮੈਂਟ ਹੋ ਜਾਂਦੀ ਸੀ। ਵਿੱਚ ਹੀ ਜਿਹੜਾ ਮੁਲਾਜ਼ਮ ਰਲੇ ਹੋਏ ਸੀਗੇ, ਵਿੱਚ ਹੀ ਰਲੇ ਹੋਏ ਸੀ ਜੀ, ਮੌਕੇ 'ਤੇ ਜਿਹੜੇ ਚੌਧਰ ਕਰਨ ਵਾਲੇ ਸੀਗੇ ਜੀ, ਉਹ ਵਿੱਚ ਹੀ ਰਲੇ ਹੋਏ ਸੀ। ਹੁਣ ਸਭ ਦੀ ਇੱਕ ਤਾਂ ਪੁਰਾਣੀ ਇਨਵੈਸਟੀਗੇਸ਼ਨ ਚੱਲ ਰਹੀ ਆ, ਔਰ ਜਿਹੜਾ ਹੁਣ ਨਵਾਂ ਸਿਸਟਮ ਹੈ ਜੀ, ਉਹ ਠੇਕੇਦਾਰਾਂ ਨੂੰ ਵੀ ਬੇਨਤੀ ਕੀਤੀ ਆ, ਮੈਂ ਹੁਣ ਵੀ ਕਹਿ ਰਿਹਾ ਕਿ ਜਿੰਨੇ ਠੇਕੇਦਾਰਾਂ ਕੋਲ ਜਿੰਨੇ ਕੰਮ ਨੇ ਜੀ ਨਾਭੇ ਦੇ ਵਿੱਚ, ਉਹ ਪ੍ਰੋਪਰ ਕਰਨੇ ਪੈਣੇ ਆ ਜੀ, ਔਰ ਅੱਛੇ ਤਰੀਕੇ ਨਾਲ ਕਰਨੇ ਪੈਣੇ ਆ। ਹੁਣ ਪਹਿਲਾਂ ਵਾਲਾ ਕੰਮ ਨਹੀਂ ਜੀ, ਤੁਹਾਡੀ ਪੇਮੈਂਟ ਤਾਂ ਅੱਗੇ ਹੋਊਗੀ ਜੇ ਤੁਸੀਂ ਕੰਮ ਜਿਹੜਾ ਤੁਹਾਡਾ ਤਸੱਲੀ ਬਖਸ਼ ਹੋਊਗਾ ਜੀ। ਔਰ ਇੱਥੇ ਪਾਣੀ ਵੀ ਖੜ੍ਹਾ, ਦਾਫ ਲੱਗੀ ਹੋਈ ਆ, ਉਹ ਇਸ ਕਰਕੇ ਲੱਗੀ ਹੈ ਕਿਉਂਕਿ ਸਫਾਈ ਚੱਲ ਰਹੀ ਹੈ ਜੀ। ਪਰ ਕਿਤੇ ਨਾ ਕਿਤੇ ਆਪਾਂ ਨੂੰ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਜੀ, ਕਿ ਆਪਾਂ ਇੰਨਾ ਪੈਸਾ ਲਾ ਕੇ, ਇੰਨਾ ਪੈਸਾ ਲਾ ਕੇ ਆਪਾਂ ਫਿਰ ਵੀ ਆਪਣਾ ਸ਼ਹਿਰ ਜੇ ਗੰਦਾ ਰਹਿੰਦਾ ਜੀ, ਤਾਂ ਫਿਰ ਇਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਸਾਰਿਆਂ ਨੂੰ ਸੋਚਣ 'ਤੇ ਗੌਰ ਕਰਨੀ ਚਾਹੀਦੀ ਹੈ। ਵਿੱਚੇ ਚੱਪਲਾਂ, ਵਿੱਚੇ ਹੀ ਲਿਫਾਫੇ, ਵਿੱਚੇ ਸ਼ਰਾਬ ਦੀਆਂ ਬੋਤਲਾਂ, ਵਿੱਚੇ ਬੀਅਰ ਦੀਆਂ ਬੋਤਲਾਂ, ਠੀਕ ਹੈ ਨਾ ਜੀ। ਇਹ ਬਹੁਤ ਵੱਡਾ ਜਿਹੜਾ ਸਿਸਟਮ ਹੈ ਨਾ ਜੀ, ਆਹ ਬੀਅਰ ਦੀ ਬੋਤਲ ਜੀ, ਆਹ ਸ਼ਰਾਬ ਦੀ ਬੋਤਲ ਜੀ, ਮਤਲਬ ਅਸੀਂ ਕਿੱਥੇ ਖੜ੍ਹੇ ਹਾਂ ਜੀ, ਅਸੀਂ ਕੀ ਕੀ ਸਾਬਤ ਕਰਨਾ ਚਾਹੁੰਦੇ ਹਾਂ, ਅਸੀਂ ਨਾਲੇ 'ਚ ਸਿੱਟ ਕੇ ਸਾਰਾ ਕੁਛ, ਇਹ ਕੀ ਅਸੀਂ ਦੱਸਣਾ ਚਾਹੁੰਦੇ ਹਾਂ ਜੀ। ਇਹ ਚੀਜ਼ਾਂ ਬਿਲਕੁਲ ਗਲਤ ਨੇ ਜੀ। ਔਰ ਮੈਂ ਕੱਲ੍ਹ ਬਾਬਾ ਬਿਆਸ ਵਾਲਿਆਂ ਨੂੰ ਮਿਲ ਕੇ ਆਇਆ ਜੀ, ਮੈਂ ਉਹਨਾਂ ਨਾਲ ਵੀ ਨਾਭੇ ਬਾਰੇ ਬਹੁਤ ਡਿਟੇਲ 'ਚ ਗੱਲ ਕੀਤੀ, ਔਰ ਉਹਨਾਂ ਨੇ ਖੁਦ ਪੁੱਛਿਆ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਮੈਂ ਸੋਸ਼ਲ ਮੀਡੀਆ 'ਤੇ ਦੇਖਦਾ ਰਹਿੰਦਾ ਜੀ, ਅਤੇ ਇਹ ਜ਼ਰੂਰਤ ਆ ਸਾਨੂੰ ਜੀ ਸਫਾਈ ਦੀ, ਸਫਾਈ ਦੀ ਜ਼ਰੂਰਤ ਆ। ਇਹਦੇ ਨਾਲ ਜੇ ਆਪਣੀ ਸਫਾਈ ਸਹੀ ਆ ਨਾ ਜੀ, ਤਾਂ ਸਮਝ ਲਓ ਕਿ ਸਾਡੀਆਂ ਦਵਾਈਆਂ ਬਚ ਗਈਆਂ, ਸਾਡਾ ਡਾਕਟਰਾਂ ਕੋਲ ਗੇੜੇ ਬਚ ਗਏ, ਸਾਡੀ ਸਕਿਨ ਖਰਾਬ ਨਹੀਂ, ਸਾਡੀਆਂ ਸਾਨੂੰ ਕਾਲਾ ਪੀਲੀਆ ਨਹੀਂ ਹੋਊਗਾ, ਸਾਨੂੰ ਕੈਂਸਰ ਨਹੀਂ ਹੋਊਗੀ, ਇਹ ਬਿਮਾਰੀਆਂ ਤੋਂ ਨਿਜਾਤ ਹੋਊਗੀ ਜੀ। ਪਰ ਜੇ ਅਸੀਂ ਇਹ ਤੋਂ ਪਰਹੇਜ਼ ਨਹੀਂ ਕਰਦੇ ਜੀ, ਤਾਂ ਫਿਰ ਉਹ ਲੱਖਾਂ ਰੁਪਈਆ ਜਿਹੜਾ ਨਾ ਜੀ, ਐਂ ਨਾ ਸੋਚੋ ਵੀ ਇੱਕ ਸ਼ਰਾਬ ਦੀ ਜਾਂ ਇੱਕ ਬੀਅਰ ਦੀ ਬੋਤਲ ਜਾਂ ਇੱਕ ਖਾਲੀ ਪਾਣੀ ਦੀ ਬੋਤਲ ਇੱਥੇ ਸੁੱਟ ਕੇ ਇੱਥੇ ਕੁ ਸੁੱਟ ਗਿਆ ਕੰਮ ਜੀ। ਇਹ ਲੱਖਾਂ ਰੁਪਈਆ ਦੇ ਕੇ ਡਾਕਟਰਾਂ ਨੂੰ ਖਹਿੜਾ ਛੁੱਟਣਾ ਜੀ, ਲੱਖਾਂ ਰੁਪਈਆ ਦੇ ਕੇ, ਕਿਉਂਕਿ ਬਿਮਾਰੀਆਂ ਜਦੋਂ ਫੈਲਦੀਆਂ ਨੇ, ਪਾਣੀ ਜਿਹੜਾ ਜੀ, ਇਹੀ ਪਾਣੀ ਜਿਹੜਾ ਪੀਣ ਵਾਲੇ ਪਾਣੀ 'ਚ ਮਿਕਸ ਹੋ ਕੇ ਆਉਂਦਾ, ਇਹੀ ਪਾਣੀ ਘਰਾਂ 'ਚ ਜਾਂਦਾ, ਇਹੀ ਪਾਣੀ ਦੁਕਾਨਾਂ 'ਚ, ਤਾਂ ਉਹਦੇ ਨਾਲ ਫਿਰ ਬਹੁਤ ਵੱਡਾ ਨੁਕਸਾਨ ਹੁੰਦਾ ਜੀ। ਹੁਣ ਅਸੀਂ ਬਹੁਤ ਦਿਲੋਂ, ਹੁਣ ਮੈਸਗੇਟ ਤੱਕ ਇਹ ਸਫਾਈ ਜਿਹੜੀ ਆ ਪਹੁੰਚ ਗਈ ਆ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਅੱਛੇ ਤਰੀਕੇ ਨਾਲ। ਆਹ ਦੇਖੋ ਜੀ, ਇਹ 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 ਆਪਣੇ ਡੰਪ ਲਾ ਲਓ ਜੀ ਦੁਕਾਨ ਦੇ ਬਾਹਰ, ਉੱਥੇ ਪਾਇਆ ਕਰੋ, ਅਸੀਂ ਗੱਡੀਆਂ ਲਾਈਆਂ ਹੋਈਆਂ ਨੇ, ਉਹਨਾਂ ਨੂੰ ਚੱਕਣ ਦਿਓ, ਉਹਨਾਂ ਨੂੰ ਦਿਓ। ਤੁਸੀਂ ਇਹਦੇ ਵਿੱਚ ਸੁੱਟ ਰਹੇ ਹੋ, ਤਾਂ ਇਹ ਤਾਂ ਬਹੁਤ ਵੱਡਾ ਆਪਣੇ ਆਪ ਨਾਲ ਵੀ ਇੱਕ ਜਾਤੀ ਹੈ, ਇੱਕ ਨਾਭੇ ਨਾਲ ਵੀ ਜਾਤੀ ਹੈ, ਔਰ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਜਿਹੜਾ ਜੀ ਕਿਉਂ ਆਪਾਂ ਉਹ ਖਤਰੇ 'ਚ ਪਾਉਣਾ ਚਾਹੁੰਦੇ ਹਾਂ, ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਜੀ। ਇਸ ਕਰਕੇ ਮੈਂ ਸੋਚਿਆ ਮੈਂ ਤੁਹਾਨੂੰ ਲਾਈਵ ਦਿਖਾਵਾਂ, ਕਿਉਂਕਿ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਦੇਖਿਆ ਤੋਂ ਹੀ ਪਤਾ ਲੱਗਦੀਆਂ ਜੀ, ਉੱਦਾਂ ਕਈ ਵਾਰੀ ਗੱਲਾਂ ਬਾਤਾਂ ਕਰਕੇ ਬੰਦਾ ਨਹੀਂ ਸੀਰੀਅਸ ਲੈਂਦਾ। ਸੋ ਇਹ ਬਹੁਤ ਵੱਡਾ ਇੱਕ ਸਵਾਲੀਆ ਜਿਹੜਾ ਜੀ ਨਿਸ਼ਾਨ ਹੈ। ਸੋ ਵੀਰੋ, ਇਹ ਜਿਹੜੀ ਸਫਾਈ ਚੱਲ ਰਹੀ ਆ, ਇਤਿਹਾਸਿਕ ਸਫਾਈ, ਇੰਨੀ ਦਿਲੋਂ ਸਫਾਈ ਜਿਹੜੀ ਆ ਕਰ ਰਹੇ ਹਾਂ, ਕਿ ਘੱਟੋ ਘੱਟ ਮਨ ਨੂੰ ਸੰਤੁਸ਼ਟੀ ਹੋਵੇ। ਬਾਕੀ ਬਰਸਾਤ ਆਊਗੀ, ਕਿਵੇਂ ਕਿਵੇਂ ਜੋ ਟੈਕਨੀਕਲੀ ਪ੍ਰੋਬਲਮ ਨੇ ਉਹ ਵੀ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੀਵਰੇਜ ਦਾ ਵੀ ਕੰਮ ਕਰਦਾ ਸਿਰੇ ਲੱਗਿਆ ਹੋਇਆ, ਮਾਤਾ ਕਿਰਪਾ ਕਰੇ ਬਹੁਤ ਜਲਦੀ ਸੀਵਰੇਜ ਪਏਗਾ, ਨਾਭਾ ਨੂੰ ਸੀਵਰੇਜ
ਜਰੂਰ ਪੰਜਾਬ ਦਾ ਨੰਬਰ 1 ਸ਼ਹਿਰ ਬਣਾਵਾਂਗੇ ਤੁਸੀਂ ਸਾਰੇ ਸਾਥ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਸਤਿ ਸ਼੍ਰੀ ਅਕਾਲ।